ਲੁਧਿਆਣਾ ਦੇ ਥਾਣਾ ਫੋਕਲ ਪੁਆਇੰਟ ਦੇ ਅਧੀਨ ਪੈਂਦੇ ਪਿੰਡ ਜੰਡਿਆਲਾ 'ਚ ਇੱਕ ਪ੍ਰਵਾਸੀ ਵਿਅਕਤੀ ਵੱਲੋਂ ਪੜੋਸ 'ਚ ਰਹਿਣ ਵਾਲੀ 5 ਸਾਲਾ ਮਾਸੂਮ ਬੱਚੀ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸਨੂੰ ਜਾਨ ਤੋਂ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਪੁਲਿਸ ਵੱਲੋਂ ਆਰੋਪੀ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਅੱਜ ਅਸੀਂ ਸ਼ਾਮ ਨੂੰ ਨਾਕੇ ਉੱਤੇ ਹਾਜ਼ਰ ਚੈਕਿੰਗ ਕਰ ਰਹੇ ਸੀਗੇ ਸਨਰਾਈਜ਼ ਦੇ ਅੱਗੇ, ਅਤੇ ਉੱਥੇ ਇਤਲਾਹ ਮਿਲੀ ਕਿ ਜੰਡਿਆਲੀ ਪਿੰਡ ਦੇ ਵਿੱਚ ਇੱਕ ਪ੍ਰਵਾਸੀ ਪਰਿਵਾਰ ਦੀ ਲੜਕੀ ਨਾਲ ਵਾਰਦਾਤ ਹੋਈ ਗਈ। ਜਿਸ 'ਚ ਅਸੀਂ ਮੌਕੇ 'ਤੇ ਪੁੱਜੇ ਤਾਂ ਦੇਖਿਆ ਉੱਥੇ 3-5 ਸਾਲ ਦੀ ਲੜਕੀ ਜਿਹੜੀ ਆ ਉੱਥੇ ਡੈਡ ਬੋਡੀ ਪਈ ਸੀ, ਅਤੇ ਉਸਦੇ ਘਰ ਦੇ ਉਹਦੇ ਜਿਹੜਾ ਫਾਦਰ ਹੈ ਅਮਲਿੰਦਰ ਕੁਮਾਰ ਮਿਲਿਆ ਹੈ, ਜਿਸਨੇ ਆਪਣੇ ਬਾਅਦ ਮੇਰੇ ਬਾਅਦ ਬਿਆਨ ਲਿਖਾਇਆ ਕਿ ਮੇਰੀ ਲੜਕੀ ਨੂੰ ਜਿਹੜਾ ਉੱਥੇ ਹੀ ਪ੍ਰਵਾਸੀ ਮਜ਼ਦੂਰ ਜਿਹੜਾ ਕਿ ਜਰਨੈਲ ਸਿੰਘ ਦਾ ਡੇਰਾ ਵਿਹੜਾ ਹੈਗਾ ਆ ਉਹਦੇ ਵਿੱਚ ਕਿਰਾਏ 'ਤੇ ਰਹਿੰਦਾ ਸੀਗਾ, ਉਸਨੇ ਆਪਣੇ ਕਮਰੇ 'ਚ ਲਿਆ ਕੇ ਉਸ ਨਾਲ ਰੇਪ ਕਰਕੇ ਕਤਲ ਕਰ ਦਿੱਤਾ। ਅਸੀਂ ਇਸ ਅਮਲਿੰਦਰ ਦੇ ਬਿਆਨਾਂ ਦੇ ਉੱਤੇ ਜੋ ਮੁਕੱਦਮਾ ਦਰਜ ਕਰਕੇ ਕਾਰਵਾਈ ਕਰ ਰਹੇ। ਪਰਿਵਾਰਕ ਮੈਂਬਰਾਂ ਮੁਤਾਬਕ ਬੱਚੀ ਘਰ 'ਚ ਖੇਡ ਰਹੀ ਸੀ ਕਿ ਥੋੜ੍ਹੀ ਦੇਰ ਬਾਅਦ ਹੀ ਉਹ ਗੁੰਮ ਹੋ ਗਈ, ਜਿਸ ਤੋਂ ਬਾਅਦ ਉਸਨੂੰ ਤਲਾਸ਼ਣਾ ਸ਼ੁਰੂ ਕਰ ਦਿੱਤਾ ਗਿਆ। ਬੱਚੀ ਦੇ ਪਿਤਾ ਨੇ ਦੱਸਿਆ ਕਿ ਆਰੋਪੀ ਵਿਅਕਤੀ ਘਬਰਾਇਆ ਹੋਇਆ ਸੀ ਅਤੇ ਭੱਜਣ ਦੀ ਫਿਰਾਕ ਦੇ ਚਲਦਿਆਂ ਆਪਣੇ ਕਮਰੇ ਦੀ ਚਾਬੀ ਫੜਾ ਕੇ ਖਿਸਕ ਗਿਆ। ਜਦ ਉਹਨਾਂ ਨੂੰ ਸ਼ੱਕ ਹੋਇਆ ਤਾਂ ਕਮਰੇ 'ਚ ਦੇਖਿਆ ਤਾਂ ਬੱਚੀ ਖੂਨ ਨਾਲ ਲਥਪਥ ਪਈ ਸੀ, ਜਿਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਫੋਨ ਕੀਤਾ। ਆਰੋਪੀ ਵਿਅਕਤੀ ਨੂੰ ਸਬਜ਼ੀ ਮੰਡੀ ਦੇ ਕੋਲ ਜਾ ਕੇ ਦਬੋਚ ਲਿਆ ਗਿਆ। ਲੜਕੀ ਮਿਲ ਨਹੀਂ ਰਿਹਾ, ਫਿਰ ਉਸਕੇ ਬਾਅਦ ਜੋ ਹੈ ਮੈਨੇ ਆਇਆ ਫੈਕਟਰੀ ਸੇ ਛੁੱਟੀ ਲੈ ਕੇ, ਫਿਰ ਮੈਂ ਸਾਰੇ ਪਿੰਡ ਮੈਂ ਢੂੰਢਣੇ ਲਗਾ, ਢੂੰਢਦੇ ਕਹੀਂ ਨਹੀਂ ਮਿਲੀ। ਫਿਰ ਉਸਕੇ ਬਾਅਦ ਮੈਨੇ ਰੂਮ ਚੈੱਕ ਕੀਆ ਉੱਪਰ ਮੈਂ ਜਾ ਕੇ, ਫਿਰ ਇਸਕੀ ਚਾਬੀ ਮੈਨੇ ਇਸ ਲੜਕੇ ਕਾ ਲਿਆ, ਫਿਰ ਚਾਬੀ ਦੇ ਕੇ ਮੇਰੇ ਕੋ ਭਾਗਨਾ ਚਾਹਾ ਇਹ। ਫਿਰ ਹਮਾਰਾ ਮਕਾਨ ਮਾਲਿਕ ਜੋ ਹੈ ਇਨਕੋ ਦਬੋਚ ਕੇ ਲੈ ਕੇ ਆਏ, ਪਕੜ ਕੇ ਆਟੋ ਮੈਂ ਬੈਠ ਗਿਆ ਥਾ ਵੋ। ਫਿਰ ਉਸਕੇ ਬਾਅਦ ਰੂਮ ਖੋਲੇ ਤੋ ਦੇਖੇ ਇਸਕੋ ਮਾਰ ਕੇ, ਔਰ ਉਸਕੇ ਬਾਅਦ ਮੈਂ ਖੂਨ ਮੈਂ ਲਥਪਥ ਥੀ ਲੜਕੀ, ਉਸਕੇ ਬਾਅਦ ਬਿਸਤਰਾ ਕੇ ਨੀਚੇ ਸਪੋਰਟ ਕੇ ਰੱਖਾ ਥਾ। ਬੱਚੀ ਕੀ ਉਮਰ ਕਿਤਨੀ ਸੀ? 5 ਸਾਲ ਕੀ ਥੀ ਜੀ। ਹਾਂਜੀ ਹਾਂਜੀ ਹਾਂਜੀ, ਮੌਕੇ ਪੇ ਆਏ ਥੇ ਪੁਲਿਸ। ਉਹ ਬੰਦਾ ਕਹਾਂ ਰਹਤਾ ਦੂਸਰਾ? ਉਹ ਉੱਪਰ ਹੀ ਰਹਤਾ ਥਾ, ਕਿਰਾਏ ਵਾਲਾ, ਉਹ ਵੀ ਉਹੀ ਰਹਤਾ ਥਾ ਉੱਪਰ, ਦੂਸਰਾ ਮੰਜ਼ਿਲ ਪੇ ਰਹਤਾ ਥਾ। ਇਹਨਾਂ ਨੇ ਕੁੜੀ ਨੂੰ ਬੁਲਾ ਕੇ ਲੈ ਗਿਆ ਰੂਮ 'ਚੋਂ, ਰੂਮ 'ਚ ਲਿਆ ਕੇ ਇਹਦਾ ਕੰਮ ਕੀਆ। ਕੁੜੀ ਦੀ ਚੱਪਲ ਗੇਟ ਦੇ ਬਾਹਰ ਸੀ, ਉਸਕੇ ਦਰਵਾਜ਼ੇ ਕੇ ਪਾਸ, ਦਰਵਾਜ਼ੇ ਦੇ ਬਾਹਰੋਂ ਅਸੀਂ ਸਾਰੇ ਪਿੰਡ ਖੋਜਦੀਏ, ਪਿੰਡ 'ਤੇ ਕੁੜੀ ਨਹੀਂ ਮਿਲੀ। ਫਿਰ ਅਸੀਂ ਛੱਤ 'ਤੇ ਗਈ, ਇਹਦੀ ਕਰਾਲੀ ਗਈ, ਫਿਰ ਜਾ ਕੇ ਕਰਾਲੀ ਨੇ ਚੱਪਲ ਲਿਖੀ ਕਿ ਹਾਂ ਕੁੜੀ ਦੀ ਚੱਪਲ ਮੇਰਾ ਇੱਥੇ ਹੈ, ਤਾਂ ਕੁੜੀ ਕਿੱਥੇ ਗਈ? ਫਿਰ ਜਾ ਕਰਕੇ ਇਹਨਾਂ ਨੇ ਚਾਬੀ ਮੰਗਿਆ ਕਿ ਚਾਬੀ ਤੂੰ ਦੇ, ਇਹਨਾਂ ਨੇ ਭੈਣ 'ਚ ਉਹਨੇ ਚਾਬੀ ਦਿੱਤਾ, ਚਾਬੀ ਦੇ ਕੇ ਭੱਜਤਾ, ਭੱਜ ਕੇ ਫਿਰ ਜਾ ਕੇ ਟੈਂਪੂ ਫੜਤਾ, ਫਿਰ ਕੁਆਟਰ ਮਾਲਕ ਨੇ ਫੜ ਕੇ ਲਾਇਆ ਇੱਥੇ। ਉੱਥੇ ਉਹ ਕੁੜੀ ਕੋ ਗਲਾ ਦਾਬ ਕੇ ਮੁਕਿਆ ਮਾਰ ਕੇ ਕੁੜੀ ਨੂੰ ਮਾਰਤਾ, ਉਹਦੀ ਰੇਪ ਕਰਤਾ। ਫਿਰ ਉਹ ਪੁਲਿਸ ਫੜ ਪਕੜ ਕੇ ਲੈ ਗਈ ਉਸ ਉੱਤੇ, ਆਪ ਦੇ ਗਿਆ ਥਾਣੇ? ਨਹੀਂ, ਪੁਲਿਸ ਨੂੰ ਬੁਲਾਇਆ ਸੀ ਥਾਣੇ ਕੋ, ਅਸੀਂ ਫੋਨ ਕੀਤੇ, ਫਿਰ ਥਾਣੇ ਆਇਆ ਇੱਥੇ, ਥਾਣੇ ਆ ਕੇ ਲੈ ਗਿਆ। ਫਿਲਹਾਲ ਪੁਲਿਸ ਵੱਲੋਂ ਆਰੋਪੀ ਵਿਅਕਤੀ ਨੂੰ ਗ੍ਰਿਫਤਾਰ ਕਰ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।